ਸਰਦਾਰ ਫੂਮਣ ਸਿੰਘ ਇਬਰਾਹਿਮਪੁਰ USA ਵੱਲੋਂ ਹੱਦ ਨਾਲ ਸ਼੍ਰੀ ਚੋਲਾ ਸਾਹਿਬ ਨੂੰ ਜਾਣ ਵਾਲੇ ਸੰਘ ਵਿੱਚ ਕਈ ਸਾਲਾਂ ਤੋਂ ਵਿਦੇਸ਼ ਵਿੱਚੋਂ ਆ ਕੇ ਆਪਣੀ ਸੇਵਾ ਨਿਭਾ ਰਹੇ ਹਨ। ਇਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਦੱਸ ਦਈ ਕਿ ਸਰਦਾਰ ਫੂਮਣ ਸਿੰਘ ਪੰਜਾਬ ਵਿੱਚ ਕਈ ਲੋਕ ਭਲਾਈ ਦੇ ਕੰਮ ਕਰਦੇ ਨੇ ਅਤੇ ਲੋੜਵੰਦ ਕੁੜੀਆਂ ਦੀਆਂ ਸ਼ਾਦੀਆਂ ਕਰਾਉਂਦੇ ਨੇ। ਸਰਦਾਰ ਫੂਮਣ ਸਿੰਘ ਇਬਰਾਹਿਮਪੁਰ USA ਜ਼ਰੂਰਤਮੰਦ ਦੀ ਦਿਲ ਦੀ ਧੜਕਣ ਨੇ। ਲੋਕਾਂ ਵੱਲੋਂ ਸਰਦਾਰ ਫੂਮਣ ਸਿੰਘ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਅਥਾਹ ਸ਼ਲਾਘਾ ਕੀਤੀ। ਫੂਮਣ ਸਿੰਘ USA ਅੱਜ ਕਲਿਆਣਾ ਸ਼ਹਿਰੀਆਂ ਦੀ ਧਰਤੀ 'ਤੇ ਚੋਲਾ ਸਾਹਿਬ ਨੂੰ ਜਾਂਦੀ ਸੰਗਤ ਦੇ ਦਰਸ਼ਨ ਇਹ ਚੋਲਾ ਸਾਹਿਬ ਦੇ ਦਰਸ਼ਨ ਨੂੰ ਸੰਗ ਚੱਲਦਾ ਹੈ ਅੱਜ ਇੱਥੇ ਜਾ ਰਿਹਾ ਹੈ। ਉਹਨਾਂ ਅਰਦਾਸ ਹੋਏਗੀ ਜਗਿੰਦਰ ਸਿੰਘ ਜੀ ਚੋਲਾ ਸਾਹਿਬ ਦੇ ਦਰਸ਼ਨ ਉੱਤੇ ਚੱਲੇ ਪਾਉਣਗੇ। ਅਸੀਂ ਰਸਤੇ ਵਿੱਚ ਪਿੰਡ ਇਬਰਾਹਿਮਪੁਰ ਗੁਰਦੁਆਰੇ ਸੇਵਾ ਕਰਦੇ ਹਾਂ। ਸਾਡੇ ਉਸ ਘਰ ਵਿੱਚ 265 ਘਰ ਪਿੰਡਾਂ ਦੀ ਬੜੀ ਚੜ੍ਹਦੀ ਸੀ, ਉਹਨਾਂ ਦੇ ਭੁੱਖ ਪਏ ਨੇ ਅਤੇ ਅਸੀਂ ਕੱਲ੍ਹ ਨੂੰ ਸਵੇਰੇ ਇਹ ਮੰਨ ਗੁਰਦੁਆਰਾ ਮੰਨ ਸਾਹਿਬ ਸਾਡੇ ਇਬਰਾਹਿਮਪੁਰ ਪਿੰਡ ਦੀ ਸਾਨੂੰ ਜਿਹੜੀ ਹੈ ਉੱਥੇ ਸੇਵਾ ਕਰ ਰਹੀ ਹੈ, ਬਹੁਤ ਬਹੁਤ ਪਿਆਰ ਕਰਦੇ ਹਾਂ। ਅੱਜ ਅਸੀਂ ਇਹ ਅਰਦਾਸ ਹੀ ਸ਼ਾਮਿਲ ਹੋ ਰਹੇ ਹਾਂ ਇੱਥੇ ਦਾ ਵੀ ਸਭ ਚਾਲੇ ਪਾ ਅਤੇ ਅਸੀਂ ਦਰਸ਼ਨ ਕਰੀਏ। ਔਰ ਮੈਂ ਸਾਰੀਆਂ ਸੰਗਤਾਂ ਨੂੰ ਡੇਰਾ ਬਾਬਾ ਨਾਨਕ ਸਾਹਿਬ ਨੂੰ ਜਾਣ ਦਾ ਦਰਸ਼ਨ ਕਰਵਾਉਣ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਆਪਣੇ ਵੱਲੋਂ ਪਰਿਵਾਰ ਨੂੰ ਆਪਣੇ ਪੇਪਰ ਨੂੰ। ਔਰ ਮੈਂ ਇੱਥੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਰ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਸੰਗ ਦੇ ਵਿੱਚ ਯੋਗਦਾਨ ਪਾਉਂਦੇ? ਮੈਂ 95 ਤੋਂ ਮੇਰੇ ਨਾਲ ਛੋਟੇ ਬ੍ਰਦਰ ਸਰਪੰਚ ਮੈਂਬਰ ਨੇ ਔਰ ਮੇਰੇ ਨਾਲ ਸਾਡੇ ਬਲਜੀਤ ਸਿੰਘ ਸਿੰਘ ਹੈ ਔਰ ਮੇਰੇ ਨਾਲ ਮੇਰਾ ਕਜ਼ਨ ਹੈ ਚਾਚਾ ਜੀ ਦਾ ਲੜਕਾ ਮੇਰੇ ਚਾਚਾ ਜੀ ਨੇ ਸਾਰਾ ਗੁਰਬਿੰਦ ਸਿੰਘ ਕੀਤਾ ਸੀ ਮੁੰਬਈ ਵਾਲੇ ਉਹਨਾਂ ਨੇ ਮੈਨੂੰ ਸਪੈਸ਼ਲ ਆਇਆ ਸੀ ਅਤੇ ਮੈਂ ਨਾਲ ਜਾਂਦਾ ਹੁੰਦਾ ਸੀ ਪਰਮਾਤਮਾ ਨੇ ਆਤਮੀ ਨਹੀਂ ਬਖਸ਼ਿਆ ਪੂਰੇ ਹੋ ਗਏ ਅੱਜ ਮੈਂ ਉਹਨਾਂ ਦੇ ਬੇਟੇ ਨੂੰ ਲਾਉਂਦੇ ਸੀ ਉਹ ਵੀ ਮੇਰੇ ਨਾਲ ਆਏ।